ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਹੈ। ਦਿੱਲੀ ਦੇ ਅੰਦਰ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨ ਪੱਛਮੀ ਬੰਗਾਲ ਤੱਕ ਪਹੁੰਚ ਗਏ ਨੇ। ਸੰਯੁਕਤ ਕਿਸਾਨ ਮੋਰਚਾ ਦੀ ਅਪੀਲ ਤੇ ਕਿਸਾਨਾਂ ਨੇ ਸ਼ਨੀਵਾਰ ਕੋਲਕਾਤਾ ਦੇ ਨੰਦੀ ਗ੍ਰਾਮ ਚ ਮਹਾਂ ਪੰਚਾਇਤ ਕੀਤੀ। ਇਹ ਅੰਦੋਲਨਕਾਰੀ ਕਿਸਾਨਾਂ ਨੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਆਉਣ ਵਾਲੀ ਵਿਧਾਨ ਸਭਾ ਚ ਬੀਜੇਪੀ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਦੇ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਜਿਸ ਵਿੱਚ ਤੈਅ ਕਰ ਲਿੱਤਾ ਉਸ ਦਿਨ ਸੰਸਦ ਦੇ ਸਾਹਮਣੇ ਮੰਡੀ ਖੋਲੀ ਜਾਵੇਗੀ। ਅਗਲਾ ਟਾਰਗੇਟ ਸੰਸਦ ਤੇ ਫਸਲ ਵੇਚਣਾ ਹੋਵੇਗਾ। ਸੰਸਦ ਚ ਖੁੱਲੀ ਮੰਡੀ ਪੀਐਮ ਨੇ ਕਿਹਾ ਕਿ ਮੰਡੀ ਦੇ ਬਾਹਰ ਕਿਤੇ ਵੀ ਸਬਜ਼ੀ ਵੇਚ ਲਓ। ਟਰੈਕਟਰ ਦਿੱਲੀ ਚ ਦਾਖਲ ਹੋਣਗੇ। ਸਾਡੇ ਕੋਲ 3 ਲੱਖ ਟਰੈਕਟਰ ਨੇ ਤੇ 25 ਲੱਖ ਕਿਸਾਨ। ਨੰਦੀਗ੍ਰਾਮ ਵਿੱਚ ਟਕੈਤ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੂੰ ਸੰਦੇਸ਼ ਹੈ ਕਿ ਭਾਰਤ ਸਰਕਾਰ ਨੇ ਦੇਸ਼ ਨੂੰ ਲੁੱਟ ਲਿਆ ਤੇ ਉਹਨਾਂ ਨੂੰ ਵੋਟਾਂ ਨਹੀਂ ਦੇਣੀਆਂ। ਤੁਸੀਂ ਬੰਗਾਲ ਨੂੰ ਬਚਾਉਣਾ, ਜੇਕਰ ਕੋਈ ਵੀ ਵੋਟ ਮੰਗਣਾ ਆਵੇ ਤਾਂ ਉਸਨੂੰ ਪੁੱਛੋ ਕਿ ਸਾਨੂੰ MSP ਕਦੋਂ ਮਿਲੇਗੀ। ਝੋਨੇ ਦੀ ਕੀਮਤ 1850 ਰੁਪਏ ਹੋ ਗਈ ਹੈ, ਉਹ ਕਦੋਂ ਮਿਲੇਗੀ। ਟਕੈਤ ਨੇ ਇਲਜ਼ਾਮ ਲਾਉਂਦੇ ਕਿਹਾ ਕਿ ਕੇਂਦਰ ਚ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਤੇ ਉਹਨਾਂ ਦੇ ਅੰਦੋਲਨ ਨੂੰ ਤੋੜਨ ਲਈ ਉਕਸੁਕਤ ਹੈ। ਉਹਨਾਂ ਕਿਹਾ ਕਿ ਇਹ ਲੋਕ ਵਿਰੋਧੀ ਸਰਕਾਰ ਹੈ। ਉਹਨਾਂ ਕਿਹਾ ਕਿ ਬੀਜੇਪੀ ਨੂੰ ਵੋਟ ਨਾ ਦੇਣ, ਜੇਕਰ ਉਹਨਾਂ ਨੂੰ ਵੋਟ ਦਿੱਤਾ ਗਿਆ ਤਾਂ ਉਹ ਤੁਹਾਡੀ ਜ਼ਮੀਨ ਕਾਰਪੋਰੇਟਰ ਅਦਾਰਿਆਂ ਤੇ ਉਦਯੋਗਾਂ ਨੂੰ ਦੇ ਦੇਣਗੇ। ਉਹ ਤੁਹਾਡੀ ਕਮਾਈ ਨੂੰ ਦਾਅ ਤੇ ਲਾ ਕੇ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਜ਼ਮੀਨ ਸੌਂਪ ਦੇਣਗੇ ਤੇ ਤੁਹਾਨੂੰ ਖਤਰੇ 'ਚ ਪਾ ਦੇਣਗੇ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ, ਖਬਰਾਂ ਦੇਖਣੀ ਸੁਣੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ।